ਜਿੱਥੇ ਨਾਗਰਿਕਤਾ ਸੋਧ ਬਿੱਲ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਅੰਮ੍ਰਿਤਸਰ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਬਿੱਲ ਦਾ ਉਹ ਉਦੋਂ ਤੱਕ ਵਿਰੋਧ ਕਰਨਗੇ ਜਦੋਂ ਤੱਕ ਇਹ ਬਿੱਲ ਖਾਰਜ ਨਹੀਂ ਹੋ ਜਾਂਦਾ। ਇਸ ਮੌਕੇ ਤੇ ਉਹਨਾਂ ਨੇ ਬੀਜੇਪੀ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਵੀ ਕੀਤੀ। ਕਿਹਾ ਕਿ ਇਸ ਬਿੱਲ ਰਾਹੀਂ ਸਰਕਾਰ ਭਾਰਤ ਨੂੰ ਤੋੜਨ ਦੀ ਗੱਲ ਕਰ ਰਹੀ ਹੈ ਤੇ ਜੇਕਰ ਐਵੇਂ ਹੀ ਹੁੰਦਾ ਰਿਹਾ ਤਾਂ ਉਹ ਸਰਕਾਰ ਦੀਆਂ ਕੁਰਸੀਆਂ ਤੱਕ ਹਿਲਾ ਦੇਣਗੇ। ਸ਼ਹਿਰ ਇਮਾਮ ਮੌਲਾਨਾ ਮੁਸੰਮਿਲ ਹੁਸੈਨ ਕਾਦੀ ਅੰਮ੍ਰਿਤਸਰ ਸੇ ਮੈਂ ਇਹ ਬਿਆਨ ਕਰ ਰਿਹਾ ਹੂੰ ਕਿ ਜੋ ਵੀ ਇਹ ਭਾਰਤੀ ਜਨਤਾ ਪਾਰਟੀ ਕੀ ਰਾਜਨੀਤਿਕ ਹੈ ਇਸਕੋ ਮੈਂ ਸਿਰੇ ਸੇ ਖਾਰਿਜ ਕਰਤਾ ਹੂੰ। ਇਹ ਬਿੱਲ ਨਾ ਕਦੀ ਲਾਗੂ ਹੋਗਾ ਔਰ ਨਾ ਲਾਗੂ ਹੋਣੇ ਦੇਣਗੇ, ਕਿਉਂਕਿ ਇਹ ਬਿੱਲ ਜੋ ਕਿ ਕੱਲ੍ਹ ਮੁਸਲਿਮ ਭਾਈ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੈਂ ਇੱਕ ਪਲੇਟ ਪੇ ਬੈਠ ਕੇ ਖਾਣਾ ਖਾਤੇ ਥੇ ਆਜ ਉਸ ਪਲੇਟ ਕੋ ਅਲੱਗ ਅਲੱਗ ਕੀਆ ਜਾ ਰਹਾ ਹੈ। ਅਲੱਗ ਅਲੱਗ ਕਰਕੇ ਅਗਰ ਰਾਜਨੀਤੀ ਕਰੇਗਾ ਤੋ ਹਮ ਸਾਰੀ ਭਾਰਤੀ ਸਮਾਜ ਭਾਰਤੀ ਜਨਤਾ ਭਾਰਤ ਜਿਤਨੇ ਵੀ ਭਾਰਤ ਕੇ ਹਿੰਦੂ ਮੁਸਲਿਮ ਸਿੱਖ ਈਸਾਈ ਹੈ ਸਾਰੇ ਕੇ ਸਾਰੇ ਰੋਡ ਪ੍ਰਦੂਸ਼ਣ ਕਰੇਂਗੇ, ਧਰਨਾ ਪ੍ਰਦੂਸ਼ਣ ਕਰੇਂਗੇ, ਏਕਜੁਟ ਹੋਕਰ ਸਰਕਾਰ ਸੇ ਇਸਤੀਫਾ ਮੰਗੇਂਗੇ, ਉਨਕੀ ਕੁਰਸੀਆਂ ਹਿਲਾ ਡਾਲੇਂਗੇ। ਹਮਾਰੀ ਰਾਏ ਯਹੀ ਹੈ ਵਰਨਾ ਇਹ ਬਿੱਲ ਕੋ ਫੌਰਨ ਹੀ ਖਾਰਿਜ ਕੀਆ ਜਾਏ, ਵਰਨਾ ਇਹ ਭਾਰਤ ਮੈਂ ਸਭ ਅਨਪੜ੍ਹ ਥੋੜ੍ਹੀ ਬੈਠਾ, ਯਹੀ ਦੋ ਪੜ੍ਹਾ ਲਿਖਾ ਮੋਦੀ ਔਰ ਸ਼ਾਹ ਪੜ੍ਹਾ ਲਿਖਾ ਹੈ, ਅਰੇ ਭਾਰਤ ਮੈਂ ਸਭ ਪੜ੍ਹੇ ਲਿਖੇ ਹੈ, ਸਭ ਐਜੂਕੇਸ਼ਨ ਹੈ, ਐਜੂਕੇਟਡ ਹੈ, ਉਹ ਸਭ ਕੇ ਦਿਮਾਗ ਮੈਂ ਆ ਰਹੀ ਹੈ ਯੇ ਭਾਈ ਇਹ ਭਾਰਤ ਕੋ ਤੋੜਨੇ ਵਾਲੀ ਬਾਤ ਹੈ। ਅਰੇ 72-73 ਸੇ ਭਾਰਤ ਅਭੀ ਸੰਭਲਾ ਨਹੀਂ ਹੈ, ਅਭੀ ਤੁਮ ਤੋੜਨੇ ਕੇ ਚੱਕਰ ਮੇਂ ਪੜਾ, ਨਹੀਂ ਹੋਣੇ ਦੇਂਗੇ, ਬਿਲਕੁਲ ਨਹੀਂ ਹੋਣੇ ਦੇਂਗੇ। ਇਹ ਹਮਾਰਾ ਵਿਸ਼ਵਾਸ ਹੈ, ਇਹ ਹਮਾਰੀ ਸ਼ਾਨ ਹੈ, ਇਹ ਹਮਾਰੀ ਬਾਨ ਹੈ, ਇਹ ਮੇਰਾ ਭਾਰਤ ਹੀ ਹਿੰਦੁਸਤਾਨ ਹੈ, ਮੈਂ ਹਰ ਵਕਤ ਹਰ ਦਿਨ ਪ੍ਰਦੂਸ਼ਣ ਕਰੂੰਗਾ, ਜਬ ਤੱਕ ਇਹ ਬਾਤ ਇਹ ਖਾਰਿਜ ਬਿੱਲ ਖਾਰਿਜ ਨਹੀਂ ਹੋ ਜਾਤਾ ਤਬ ਤੱਕ ਨਹੀਂ ਛੋੜੂੰਗਾ। ਹਮਾਰਾ ਵਿਰੋਧ ਹਿੰਦੁਸਤਾਨ ਕੇ ਅੰਦਰ ਇਸ ਬਾਤ ਕਾ ਹੈ, ਹਮਾਰੇ ਹਮੇ ਹਿੰਦੁਸਤਾਨ ਸੇ ਅਲੱਗ ਕਿਆ ਜਾ ਰਹਾ ਹੈ, ਠੀਕ ਹੈ। ਔਰ ਇਹ ਜੋ ਕੈਬ ਕਾ ਬਿੱਲ ਨਿਕਾਲ ਲੈ ਕੇ ਆਏ ਹੈ, ਕੈਬ ਕਾ ਜੋ ਬਿੱਲ ਆਇਆ ਹੈ, NRC ਕਾ ਜੋ ਬਿੱਲ ਆਇਆ ਹੈ, ਇਹਨਾਂ ਅਨਾਊਂਸਮੈਂਟ ਕੀ ਹੈ NRC ਲਾਗੂ ਕਰੇਂਗੇ, ਕੈਬ ਕਾ ਬਿੱਲ ਇਹਨਾਂ ਨੇ ਲਾਗੂ ਕਰ ਦਿਆ, ਇਹ ਸਾਰਾ ਕਾ ਸਾਰਾ ਪ੍ਰੋਪਗੰਡਾ ਹੈ ਖਾਸ ਕਰਕੇ ਮੁਸਲਮਾਨੋਂ ਕੇ ਲੀਏ, ਇਸਕੇ ਅੰਦਰ ਸਾਰੇ ਹੀ ਸਮੁਦਾਇ ਇਕੱਠੇ ਇੱਕ ਇੱਕ ਕਰਕੇ ਸਭ ਕੋ ਇਹਨਾਂ ਨੇ ਇਹ ਸੋਚਾ ਕਿ ਸਰਕਾਰ ਆਊਟ ਕਰ ਦੇਂਗੇ, ਐਸਾ ਨਹੀਂ ਹੋਗਾ, ਇਹ ਕਾਲਾ ਕਾਨੂੰਨ ਬਿਲਕੁਲ ਨਹੀਂ ਚੱਲੇਗਾ, ਇਸਕੇ ਸਾਰਾ ਮੁਸਲਿਮ ਭਾਈਚਾਰਾ ਹਮਾਰਾ ਇਸ ਹਕੂਮਤ ਕੇ ਖਿਲਾਫ ਹੈ। ਪੂਰੇ ਪ੍ਰਦਰਸ਼ਨ ਪੂਰੇ ਭਾਰਤ ਕੇ ਅੰਦਰ ਹੋਗਾ, ਜਬ ਤੱਕ ਬਿੱਲ ਰੱਦ ਨਹੀਂ ਹੋਗਾ ਹਮ ਇਹ ਪ੍ਰਦਰਸ਼ਨ ਕਰੇਂਗੇ, ਜਗ੍ਹਾ ਜਗ੍ਹਾ ਜਾ ਕੇ ਕਰੇਂਗੇ, ਪੂਰੇ ਹਿੰਦੁਸਤਾਨ ਮੇਂ ਕਰੇਂਗੇ। ਹਮਾਰਾ ਮੈਸੇਜ ਇਹ ਹੈ ਕਿ ਹਮ ਕਿਆ ਨਾਮ ਹੈ ਕਾਲਾ ਕਾਨੂੰਨ ਰਾਸ਼ਟਰਪਤੀ ਕੋ ਭੇਜੇਂਗੇ, ਜ੍ਞਾਪਨ ਭੇਜੇਂਗੇ, DC ਸਾਹਿਬ ਕੋ ਦੇਂਗੇ, ਔਰ ਰੱਦ ਕੀਆ ਜਾਏ ਕਾਲਾ ਕਾਨੂੰਨ। ਅਗਰ ਆਪਕੀ ਮੰਗ ਪੂਰੀ ਨਹੀਂ ਹੋਤੀ ਹੈ ਤੋ ਹਮ ਜਗ੍ਹਾ ਜਗ੍ਹਾ ਪ੍ਰਦਰਸ਼ਨ ਕਰੇਂਗੇ, ਅਗਰ ਨਹੀਂ ਮੰਗ ਰੱਦ ਹੋਤੀ ਤੋ ਇਹ ਲੱਕੀ ਇਧਰ ਆ। ਰੰਗਲਾ TV ਲਈ ਅੰਮ੍ਰਿਤਸਰ ਤੋਂ ਹਰਦੇਵ ਸਿੰਘ ਪ੍ਰਿੰਸ ਦੀ ਰਿਪੋਰਟ।